ਕਾਜੀ ਰੁਕਨਦੀਨ ਕਹਿਣ ਲੱਗਾ, ਕਹਿੰਦੇ ਮਹਾਰਾਜ ਕੁਝ ਸੰਸੇ ਨੇ, ਆਪ ਜੀ ਜੇ ਕਿਰਪਾ ਕਰੋ ਤੇ ਉਹ ਸੰਸੇ ਸਾਡੇ ਨਿਵਰਤ ਕਰ। ਮਹਾਰਾਜ ਕਹਿਣ ਲੱਗੇ ਦੱਸੋ ਕੀ ਸੰਸੇ ਨੇ। ਕਹਿੰਦੇ ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਤੁਸੀਂ ਦੱਸੋ। ਹਿੰਦੂ ਕਹਿੰਦੇ ਨੇ ਅਸੀਂ ਵੱਡੇ, ਮੁਸਲਮਾਨ ਕਹਿੰਦੇ ਨੇ ਜੀ ਅਸੀਂ ਵੱਡੇ, ਤੁਹਾਡੀ ਨਿਗਾਹ 'ਚ ਕੌਣ ਵੱਡਾ ਹੈ? ਤੁਸੀਂ ਦਾਨਿਸ਼ ਪੁਰਸ਼ ਲੱਗਦੇ ਹੋ, ਤੁਸੀਂ ਦੱਸੋ ਤੁਹਾਡੀ ਨਿਗਾਹ 'ਚ। ਮਹਾਰਾਜ ਕਹਿਣ ਲੱਗੇ, ਕਹਿੰਦੇ ਸਾਡੇ ਨਿਗਾਹ ਦੀ ਕਿਆ ਬਾਤ ਕਰਦੇ ਹੋ, ਅਸੀਂ ਬਾਤ ਕਰਾਂਗੇ ਪਾਕ ਪਰਵਰਦਿਗਾਰ ਦੇ ਨਿਗਾਹ ਦੀ। ਆਖੋ ਸਤਨਾਮ, ਉਸ ਅੱਲਾਹ ਦੇ ਨਿਗਾਹ ਦੀ ਗੱਲ ਕਰਾਂਗੇ, ਉਹਦੀ ਨਿਗਾਹ 'ਚ ਕੌਣ ਵੱਡਾ ਹੈ? ਹਾਂਜੀ ਮਹਾਰਾਜ, ਫਿਰ ਤੁਸੀਂ ਦੱਸੋ ਕਿ ਅੱਲਾਹ ਦੀ ਨਿਗਾਹ 'ਚ ਕੌਣ ਵੱਡਾ ਹੈ? ਮਹਾਰਾਜ ਕਹਿਣ ਲੱਗੇ, ਅੱਲਾਹ ਦੀ ਨਿਗਾਹ 'ਚ ਉਹ ਵੱਡਾ ਹੈ ਜਿਹਦੇ ਕਰਮ ਸ਼ੁਭ ਨੇ। ਆਖੋ ਸਤਨਾਮ, ਜਿਹਦੇ ਕਰਮ ਸ਼ੁਭ ਨੇ, ਸ਼ੁਭ ਅਮਲਾਂ ਬਾਜੋ ਦੋਰੋ ਰੋਏ, ਉਹਦੀ ਨਿਗਾਹ ਦੇ ਵਿੱਚ ਸ਼ੁਭ ਅਮਲ ਜਿਹਦੇ ਕੋਲ ਨੇ ਕਹਿੰਦੇ ਉਹ ਵੱਡਾ ਹੈ, ਸ਼ੁਭ ਕਰਮ ਜਿਹਦੇ ਕੋਲ ਨੇ ਉਹ ਵੱਡਾ ਹੈ, ਤੇ ਜੇ ਸ਼ੁਭ ਕਰਮ ਨਹੀਂ, ਸ਼ੁਭ ਅਮਲ ਨਹੀਂ, ਭਾਵੇਂ ਉਹ ਹਿੰਦੂ ਭਾਵੇਂ ਉਹ ਮੁਸਲਮਾਨ, ਸ਼ੁਭ ਅਮਲਾਂ ਬਾਜੋ ਦੋਨੋ ਰੋਈ, ਦੋਨੋ ਰੋਈ, ਰੋਣਾ ਪਏਗਾ। ਜੇ ਸ਼ੁਭ ਕਰਮ ਹਿੰਦੂ ਕੋਲ ਨਹੀਂ ਤੇ ਉਹ ਵੀ ਰੋਏਗਾ, ਜੇ ਸ਼ੁਭ ਕਰਮ ਮੁਸਲਮਾਨ ਕੋਲ ਨਹੀਂ ਤੇ ਉਹ ਵੀ ਰੋਏਗਾ, ਤੇ ਜਿਹਦੇ ਕੋਲ ਸ਼ੁਭ ਕਰਮ ਹੋਣਗੇ, ਸ਼ੁਭ ਅਮਲ ਹੋਣਗੇ, ਕਹਿੰਦੇ ਪਾਕ ਪਰਵਰਦਿਗਾਰ ਦੀ ਨਿਗਾਹ ਦੇ ਵਿੱਚ ਉਹੀ ਵੱਡਾ ਹੈ। ਸਤਸੰਗਤ, ਗੁਰੂ ਨਾਨਕ ਨੇ ਇਹ ਗਿਆਨ ਉਹਨਾਂ ਨੂੰ ਨਹੀਂ, ਇਹ ਗਿਆਨ ਸਾਨੂੰ ਵੀ ਦਿੱਤਾ, ਸਾਨੂੰ ਵੀ ਦਿੱਤਾ। ਅਸੀਂ ਧਰਮਾਂ ਦੇ ਝਗੜਿਆਂ ਦੇ ਵਿੱਚ ਪਏ ਰਹਿੰਦੇ, ਪਾਤਸ਼ਾਹ ਕਹਿੰਦੇ ਜਿਸ ਧਰਮ ਦੇ ਵਿੱਚ, ਜਿਸ ਧਰਮ ਦੇ ਬੰਦੇ ਦੇ ਵਿੱਚ ਅਮਲ ਨਹੀਂ, ਪ੍ਰੈਕਟੀਕਲ ਜੀਵਨ ਨਹੀਂ, ਨੇਕ ਕਰਮ ਨਹੀਂ, ਸ਼ੁਭ ਕਰਮ ਨਹੀਂ, ਕਹਿੰਦੇ ਉਹ ਕਿਸੇ ਵੀ ਧਰਮ ਦਾ ਬੰਦਾ ਹੋਵੇ ਉਹ ਮਲੀਨ ਹੈ, ਮਾਰਾ ਖਾਏਗਾ, ਉਹ ਤੱਕਿਆ ਜਾਏਗਾ ਉਸ ਪਰਵਰਦਿਗਾਰ ਦੀ ਬਾਰਗਾਹ ਤੋਂ, ਤੱਕਿਆ ਜਾਏਗਾ, ਸੁੱਟਿਆ ਜਾਏਗਾ ਬਾਹਰ। ਖੋਟੇ ਸੱਚੀ ਦਰਗਹਿ ਸੁੱਟੀਐ, ਸੁੱਟ ਦਿੱਤਾ ਜਾਂਦਾ ਖੋਟੇ ਦੀ। ਸਾਧ ਸੰਗਤ, ਕੋਈ ਧਰਮ ਨਹੀਂ ਵੇਖਿਆ ਜਾਂਦਾ ਕਿਸ ਧਰਮ ਦਾ, ਬਸ ਖੋਟਾ ਹੈ ਸੁੱਟ ਦਿਓ ਇਹਨੂੰ ਬਾਹਰ। ਖੋਟੇ ਸੱਚੀ ਦਰਗਹਿ ਸੁੱਟੀਐ, ਕਿਸ ਆਗੇ ਕਰੇ ਪੁਕਾਰ, ਸੁੱਟ ਦਿੱਤਾ ਜਾਂਦਾ। ਤੇ ਜਿਹੜਾ ਖਰਾ ਹੈ ਇਹ ਨਹੀਂ ਦੇਖਿਆ ਜਾਂਦਾ ਕਿਸ ਧਰਮ ਦਾ ਹੈ, ਬਸ ਖਰਾ ਹੋਣਾ ਚਾਹੀਦਾ ਜਿਹਨੇ ਖਰੇ ਅਮਲ ਕੀਤੇ ਹੋਣ, ਖਰੇ ਕਰਮ ਕਮਾਏ ਹੋਣ। ਪਾਤਸ਼ਾਹ ਕਹਿੰਦੇ ਖਰੇ ਖਜ਼ਾਨੇ ਪਾਈ ਹੈ। ਆਖੋ ਸਤਨਾਮ, ਖਰੇ ਖਜ਼ਾਨੇ ਪਾਈ ਹੈ, ਖੋਟੇ ਸੱਟੀਐ ਬਾਹਰ ਬਾਹਰ। ਬੜਾ ਜ਼ੋਰ ਦੇ ਕੇ ਸਤਿਗੁਰਾਂ ਨੇ ਇਹ ਦੱਸਿਆ, ਕਰਮਾਂ ਦੇ ਨਿਵੇੜੇ ਨੇ ਜੀ, ਕਰਮਾਂ ਦੇ ਨਿਵੇੜੇ ਨੇ, ਕਰਮਾਂ ਦੇ ਨਿਵੇੜੇ। ਹਰ ਕਰਮ ਗੁਰੂ ਦੇ ਆਸ਼ੇ ਮੁਤਾਬਕ ਕਰਿਓ, ਹਰ ਕਦਮ ਗੁਰੂ ਦੇ ਆਸ਼ੇ ਮੁਤਾਬਕ ਪਟਿਓ, ਕਿ ਇਹ ਕੰਮ ਕਰਨ ਲੱਗਾ ਮੇਰੇ ਸਤਿਗੁਰ ਜੀ ਨੂੰ ਪਾਏਗਾ, ਪਾਏਗਾ ਤੇ ਕਰ ਲਓ, ਨਹੀਂ ਪਾਏਗਾ ਤੇ ਛੱਡ ਦਿਓ। ਆਪੋ ਸਤਨਾਮ, ਛੱਡ ਦਿਓ। ਕੋਈ ਕਾਰੋਬਾਰ ਕਰਨ ਲੱਗਿਓ ਪਾਏਗਾ ਕਰ ਲਓ, ਨਹੀਂ ਪਾਏਗਾ ਨਾ ਕਰ। ਹੁਣ ਕੋਈ ਸ਼ਰਾਬ ਦਾ ਧੰਦਾ ਕਰਨਾ ਚਾਹੇ ਉੱਥੇ ਗੁਰੂ ਨੂੰ ਪਾਏਗਾ ਕਿ ਮੇਰਾ ਸਿੱਖ ਸ਼ਰਾਬ ਵੇਚੇ, ਗੁਰੂ ਨੂੰ ਪਾਏਗਾ ਮੇਰਾ ਸਿੱਖ ਮਾਸ ਵੇਚੇ, ਗੁਰੂ ਨੂੰ ਪਾਏਗਾ? ਕਦੇ ਨਹੀਂ ਪਾਏਗਾ।
ਗਲਤ ਕੰਮ ਕਰਕੇ ਕਿਰਤ ਕਰਕੇ ਉਹ ਜਿਹੜੀ ਮਾਇਆ ਸਤ ਸੰਗਤ ਉਹਦੇ ਤੇ ਸਤਿਗੁਰ ਦੀ ਕੋਈ ਖੁਸ਼ੀ ਕਰਮ ਨੇਕ ਰੱਖੀ ਬਾਬਾ ਆਖੇ ਹਾਜੀਆ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ ਰੋਣਾ ਪਿਆ।